ਧਰਤੀ ਦੇ ਥੱਲੇ ਸਾਰੇ ਥੱਲੇ ਖਾਰਾ ਖਾਰਾ ਪਾਣੀ ਹੈ, ਤੇ ਪਤਾ ਨਹੀਂ ਕਦੋਂ ਤੁਸੀਂ ਥੱਲੇ ਮਤਲਬ ਸਲਿੱਪ ਹੋ ਜੇ ਬੰਦਾ। ਜਿਹੜਾ ਟਾਇਰ ਹੈ ਨਾ ਇਹ ਕੱਲ ਗਰਮੀ ਨਾਲ ਫਟ ਗਿਆ ਸੀਗਾ, ਇੱਥੇ ਗਰਮੀ ਇੰਨੀ ਜ਼ਿਆਦਾ ਪੈਂਦੀ ਹੈ ਜਿਵੇਂ ਤੁਹਾਨੂੰ ਦੱਸਿਆ, ਅਤੇ ਗਰਮੀ ਨਾਲ ਫਟ ਗਿਆ ਸੀ ਅਤੇ ਜਮਾਂ ਦੋਵਾਂ ਇੰਨਾ ਮੋਰਾ ਹੋ ਗਿਆ। ਸਾਰਿਆਂ ਦਾ ਅਸਲ 'ਚ ਰਹਿਣ ਸਹਿਣ ਇੱਥੇ ਇਹੋ ਜਿਹੀ ਹੈ, ਅਤੇ ਘਰ ਨਹੀਂ ਪਤਾ ਨਹੀਂ ਘਰ ਹੈ ਯਾਰ ਕਿਵੇਂ ਆ ਇਹ, ਅਤੇ ਵਿੱਚ ਅੰਦਰ ਕੁਛ ਹੈ ਨਹੀਂ, ਇਕੱਲਾ ਬਸ ਮੈਨੂੰ ਲੱਗਦਾ ਮੰਜੇ ਡਾਹ ਕੇ ਅੰਦਰ ਪੈ ਜਾਂਦੇ ਆ। ਅਤੇ ਆਹ ਦੇਖੋ ਤੁਹਾਨੂੰ ਦਿਖਾ ਦੇਣਾ, ਕੱਪ ਚੱਕਣਾ ਇੰਨਾ ਖਤਰਨਾਕ ਹੈ ਨਾ, ਇਹ ਲੱਗਦਾ ਜਿਵੇਂ ਭੱਠੀ 'ਚ ਹੱਥ ਪਾਉਣ ਦੇ ਬਰਾਬਰ ਹੁੰਦਾ। ਇੱਕ ਤਾਂ ਗਰਮ ਕਾਫੀ ਹੈ 'ਚ, ਉੱਤੋਂ ਧੁੱਪ ਇੰਨੀ, ਗਰਮੀ 'ਚ ਕੱਪ ਪਏ ਹੋਣਗੇ, ਅਤੇ ਪਤਾ ਨਹੀਂ ਪੀਤੀ ਕਿਵੇਂ ਜਾਊਗੀ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ, ਅਤੇ ਦੇਸ਼ ਹੈਗਾ ਇਥੋਪੀਆ ਅਤੇ ਥਾਂ ਹੈਗਾ ਦਾਨਾਕਿਲ ਡਿਪਰੈਸ਼ਨ। ਤੁਸੀਂ ਪਿਛਲੇ ਦੋ ਤਿੰਨ ਵਲੌਗਸ ਤੋਂ ਦੇਖ ਰਹੇ ਹੋ, ਅਸੀਂ ਜਾ ਰਹੇ ਹਾਂ ਦੁਨੀਆ ਦੀ ਸਭ ਤੋਂ ਗਰਮ ਥਾਂ ਦੇ ਉੱਤੇ, ਅਤੇ ਸਾਡਾ ਸਫ਼ਰ ਚੱਲ ਰਿਹਾ ਹੈਗਾ ਅੱਧ ਵਿਚਾਲੇ ਰਸਤੇ 'ਚ, ਡੈਜ਼ਰਟ 'ਚ ਸਾਡੀਆਂ ਗੱਡੀਆਂ ਰੁਕੀਆਂ ਹੋਈਆਂ ਨੇਗੀਆਂ, ਅਤੇ ਕਿਹੋ ਜਿਹਾ ਆਲਾ ਦੁਆਲਾ ਹੈਗਾ, ਅਤੇ ਉਹ ਹੁਣ ਸਾਰਾ ਤੁਹਾਨੂੰ ਇਸ ਵਲੌਗ ਰਾਹੀਂ ਦੇਖਣ ਨੂੰ ਮਿਲੂਗਾ। ਇਹ ਸਾਡਾ ਹੈਦਰਾਬਾਦੀ ਵਲੌਗਰ ਛੱਤ 'ਤੇ ਚੜਿਆ ਬੈਠਾ ਦੇਖੋ, ਅਤੇ ਛੱਤ ਤੋਂ ਲੈ ਰਹੇ ਆ ਸਾਰੇ ਸ਼ਾਟ, ਅਤੇ ਸਵੇਰ ਦੇ 9:30 ਹੋਏ ਆ, 9:30 ਹੋਏ ਆ, ਅਤੇ ਗਰਮੀ ਇੰਨੀ ਕੁ ਜ਼ਿਆਦਾ ਹੈ, 35-38 ਡਿਗਰੀ ਟੈਂਪਰੇਚਰ ਹੈ ਹੁਣ ਇਸ ਟਾਈਮ ਦਾ, ਅਤੇ ਉੱਪਰਲੇ ਪਾਸੇ ਸਾਰੇ ਬੈਠ ਕੇ ਆਪਣਾ ਇਹ ਫੋਟੋ ਸੈਸ਼ਨ ਵਗੈਰਾ ਸਾਰਾ ਇਹ ਕਰਵਾ ਰਹੇ ਆ। ਜਿਹੜੀਆਂ ਸਾਡੀਆਂ ਗੱਡੀਆਂ, ਜਿਹਨੇ ਤਾਂ ਪਿਛਲੇ ਵਲੌਗ ਦੇਖਿਆ ਉਹਨਾਂ ਨੂੰ ਪਤਾ ਹੋਣਾ, ਅਤੇ ਜਿਹਨੇ ਨਹੀਂ ਦੇਖੇ ਉਹਨਾਂ ਨੂੰ ਇੱਥੇ ਦੁਬਾਰਾ ਦੱਸਦਾ, ਸਾਡਾ ਹੈਗਾ 18-20 ਜਣਿਆਂ ਦਾ ਸਾਡਾ ਕਾਫਲਾ, 4 ਗੱਡੀਆਂ ਜਿਹੜੀਆਂ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ 'ਤੇ ਮਤਲਬ ਲੈ ਕੇ ਜਾ ਰਹੀਆਂ, ਅਤੇ ਉਹਦਾ ਟੂਰ ਕਰਨ ਜਾ ਰਹੇ ਹਾਂ, ਅਤੇ ਜਿਹਦੇ 'ਚ ਸਾਡੇ ਨਾਲ ਬਾਕੀ ਫੋਰਨਰਸ ਹੈ, ਅਤੇ 5-6 ਕੁੜੀਆਂ ਅਤੇ 4 ਅਸੀਂ ਫੋਰਨਰ ਹਾਂ, 8 ਜਣੇ ਸਾਡੇ ਨਾਲ ਲੋਕਲ ਹੈ ਇਥੋਪੀਅਨ, ਜਿਹਦੇ 'ਚ ਸਿਕਿਉਰਿਟੀ ਗਾਰਡ ਹੈ, ਅਤੇ ਸਾਡੇ ਨਾਲ ਗਾਰਡ ਹੈ ਮਤਲਬ ਸਿਕਿਉਰਿਟੀ ਗਾਰਡ ਹੈ, ਗਾਈਡ ਹੈ, ਅਤੇ ਬਾਕੀ 4 ਡਰਾਈਵਰ ਹੈ, ਅਤੇ ਇਸ ਤਰ੍ਹਾਂ ਦਾ ਸਾਰਾ ਆਲਾ ਦੁਆਲਾ ਹੈਗਾ। ਖੁਸ਼ੀ ਬੈਠੀ ਉੱਪਰ ਆਪਾਂ ਵੀ, ਚਲੋ ਆ ਜਾਓ ਫਿਰ ਮੈਨੂੰ ਚੜ੍ਹਾਓ। ਹਟਦਾ ਨਹੀਂ ਪੰਗੇ ਲੈਣੋ, ਦੇਖੋ ਪੁੱਠੇ ਪੰਗੇ ਕਿਉਂ ਲੈ ਰਹੇ ਹੋ, ਹੁਣ ਤਾਂ ਤੁਸੀਂ ਬਰਾਊਨ ਸੀ ਹੁਣ ਚਾਕਲੇਟ ਹੀ ਹੋ ਜਾਓਗੇ ਅੱਗੇ ਤੋਂ, ਧਿਆਨ ਨਾਲ ਹੱਥ ਪਾ ਕੇ ਬੈਠੇ ਹੋਗੇ ਬਾਈ। ਉੱਪਰ ਬੈਠਣ ਤੋਂ ਪਹਿਲਾਂ ਇਹ ਕਹਿੰਦੇ ਵੀ ਗਲਾਸੇ ਜ਼ਰੂਰ ਪਹਿਨਣੀਆਂ, ਤੇ ਹੁਣ ਮੈਂ ਗਲਾਸੇ ਲਾ ਲਾਉਂਦੀਆਂ। ਓਕੇ ਨਾਈਸ, ਕਿਵੇਂ ਦਾ ਲੱਗ ਰਿਹਾ ਦੱਸਿਓ। ਦੂਰ ਦੂਰ ਤੱਕ ਯਾਰ ਦੇਖੋ ਕੁਛ ਨਹੀਂ ਦਿਖਦਾ, ਇਕੱਲਾ ਬਸ ਡੈਜ਼ਰਟ ਹੀ ਡੈਜ਼ਰਟ ਹੈ। ਫਾਈਨਲੀ ਇੱਕ ਜਗ੍ਹਾ ਹੁਣ ਰੁਕੇ ਹਾਂ, ਅਤੇ ਡੈਜ਼ਰਟ ਵਿੱਚੋਂ ਦੀ ਲੰਘਦੇ ਲੰਘਦੇ, ਅਤੇ ਹੁਣ ਇੱਥੇ ਤੁਹਾਨੂੰ ਦਿਖਾਉਂਦੇ ਹਾਂ ਕਿ
ਕੀ ਕੁਛ ਹੈ ਜੀ। ਵੈਸੇ ਦੇਖਣ ਨੂੰ ਹੈ ਡੈਜ਼ਰਟ ਹੀ ਹੈ, ਚਾਰੇ ਪਾਸੇ ਰੇਗਿਸਤਾਨ ਹੈ। ਇੱਕ ਰੇਗਿਸਤਾਨ ਦੇ ਵਿੱਚੋਂ ਦੀ ਜਿਹੜੀ ਅਸਲ 'ਚ ਨਾ ਜਰਨੀ ਦੇਖਣ ਵਾਲੀ ਹੈ, ਜਿਹੜੀ ਦੁਨੀਆ ਦੇ ਸਭ ਤੋਂ ਗਰਮ ਥਾਂ ਹੋ ਜਾਂਦੀ ਹੈ। ਕਹਿ ਨੂੰ ਮਤਲਬ ਇਹਦੇ ਵਿੱਚੋਂ ਦੀ ਕੀ ਥਾਵਾਂ ਆਉਂਦੀਆਂ, ਇੰਨੀ ਕੁ ਸੋਹਣੀ ਧਰਤੀ ਹੈ ਨਾ, ਇੰਨਾ ਕੁ ਸੋਹਣਾ ਲੈਂਡਸਕੇਪ ਹੈ ਅਤੇ ਤੁਹਾਡਾ ਜੀ ਲੱਗਦਾ ਯਾਰ ਇੱਥੇ ਆ ਕੇ। ਜ਼ਿੰਦਗੀ 'ਚ ਨਾ ਮੌਕੇ ਵਾਰ ਵਾਰ ਨਹੀਂ ਮਿਲਦੇ ਹੁੰਦੇ, ਅਤੇ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਧਰਤੀ ਨੂੰ ਦੇਖ ਕੇ ਜਾਇਓ। ਅਤੇ ਹੁਣ ਡਰਾਈਵਰ ਵੀਰ ਦਾ ਹੁਕਮ ਆਊਗਾ ਕਿ ਥੱਲੇ ਉਤਰੋ ਆਪ ਜੀ, ਅਤੇ ਹੁਣ ਥੱਲੇ ਉਤਰਦੇ ਹਾਂ, ਥੱਲੇ ਉਤਰ ਕੇ ਤੁਹਾਨੂੰ ਦਿਖਾਉਂਦੇ ਹਾਂ। ਆਜੋ ਆਜੋ, ਹੁਣ ਬਹੁਤ ਐਡਵੈਂਚਰ ਕਰ ਲਿਆ, ਹੁਣ ਚੜ ਗਿਆ, ਹੁਣ ਉਤਰੇ ਵੀ ਨਹੀਂ ਜਾਂਦਾ। ਆ ਟਾਇਰ ਦੇਖੋ, ਇਹ ਥੈਂਕ ਯੂ, ਜਿਹੜਾ ਟਾਇਰ ਹੈ ਨਾ ਇਹ ਕੱਲ ਗਰਮੀ ਨਾਲ ਫਟ ਗਿਆ ਸੀਗਾ। ਇੱਥੇ ਗਰਮੀ ਇੰਨੀ ਜ਼ਿਆਦਾ ਪੈਂਦੀ ਹੈ ਜਿਵੇਂ ਤੁਹਾਨੂੰ ਦੱਸਿਆ, ਗਰਮੀ ਨਾਲ ਫਟ ਗਿਆ ਸੀ ਅਤੇ ਜਮਾ ਦੋ ਇੰਨਾ ਮੋਰਾ ਹੋ ਗਿਆ। ਇੱਥੇ ਸੜਕਾਂ ਸੁੜਕਾਂ ਨੇ ਜਿਹੜੀਆਂ ਉਹ ਬਣੀਆਂ ਨਹੀਂ ਹੋਈਆਂ, ਅਤੇ ਸਿਰਫ ਜਿਹੜਾ ਹੈਗਾ ਗਾ ਰਸਤੇ ਇਹਨਾਂ ਨੇ ਆਪ ਹੀ ਬਣਾਏ ਹੋਏ ਆ ਡੈਜ਼ਰਟ ਵਿੱਚੋਂ ਦੀ, ਜਿਹੜੇ ਟੂਰ ਕਰਾਉਂਦੇ ਆ। ਜਿਵੇਂ ਟਾਇਰ ਤੇ ਮੋਰਾ ਹੋ ਗਿਆ ਨਾ, ਤੁਹਾਡਾ ਰੰਗ ਵੀ ਬਹੁਤ ਕਾਲਾ ਹੋ ਗਿਆ। ਚਲੋ ਦੇਖੀ ਉਹ ਤਾਂ ਹੋਣਾ, ਅਸੀਂ ਲੈ ਕੇ ਜਾਣਾ ਪਿੰਡ ਹੁਣ ਇਹ ਜਿਹਨੂੰ। ਜਿਹੜਾ ਇਹ ਪੌਂਡ ਹੈ ਨਾ, ਤੇ ਇਹ ਕਹਿੰਦੇ ਬਹੁਤ ਜ਼ਿਆਦਾ ਡੂੰਘਾ ਹੈਗਾ, ਤੇ ਸਾਡਾ ਗਾਈਡ ਦੱਸਦਾ ਵੀ ਇਹ ਰੈੱਡ ਸੀ ਤੱਕ ਜਾਂਦਾ ਇੱਥੋਂ। ਰੈੱਡ ਸੀ ਆ ਜਿਹੜਾ ਇੱਥੋਂ 60 ਕਿਲੋਮੀਟਰ ਹੈ ਇਹ ਸਾਰੇ ਡੈਜ਼ਰਟ 'ਚੋਂ, ਅਤੇ ਬਹੁਤ ਖਾਰੇ ਪਾਣੀ ਦੀ ਅੰਦਰ ਨੂੰ ਪੂਰੀ ਇਹ ਝੀਲ ਹੈ ਇੱਕ ਕਹਿੰਦਾ। ਅਤੇ ਇੱਥੋਂ ਦੇਖਣ ਨੂੰ ਇੰਨਾ ਕੁ ਲੱਗਦਾ ਹੈਗਾ ਜਿਹੜਾ, ਬਟ ਇੱਧਰਲੇ ਪਾਸੇ ਜਿਹੜਾ ਤੁਹਾਨੂੰ ਸ਼ੇਡ ਚੇਂਜ ਕਰਦਾ, ਇੱਧਰ ਡੂੰਘਾ ਬਹੁਤ ਹੈ ਥੱਲੇ। ਅਤੇ ਇਹਦੇ ਵਿੱਚ ਗਿਆ ਬੰਦਾ ਕਹਿੰਦੇ ਮੁੜ ਕੇ ਬਾਹਰ ਨਹੀਂ ਆਉਂਦਾ ਜੇ ਇੱਕ ਵਾਰੀ ਇਹਦੇ ਵਿੱਚ ਚੱਲ ਗਿਆ। ਅਤੇ ਤੁਸੀਂ ਦੇਖੋ ਵੀ ਕਿਹੜੇ ਹਿਸਾਬ ਨਾਲ ਇਹਨਾਂ ਨੇ ਬਣਾਇਆ, ਕਿਹਨੇ ਹੋਊਗਾ ਇਹ ਕਮਾਲ ਦੀ ਗੱਲ ਸੋਚਣ ਵਾਲੀ, ਦੇਖਣ ਵਾਲੀ ਹੈ। ਇਹੋ ਜਿਹੀਆਂ ਕਮਾਲ ਦੀਆਂ ਚੀਜ਼ਾਂ ਇੱਥੇ ਮਿਲਦੀਆਂ। ਅਤੇ ਜਿਹੜਾ ਇਹਦਾ ਪਾਣੀ ਹੈਗਾ ਇਹ ਬਹੁਤ ਜ਼ਿਆਦਾ ਖਾਰਾ ਹੈਗਾ, ਬਹੁਤ ਜ਼ਿਆਦਾ ਖਾਰਾ ਪਾਣੀ ਹੈ ਪਰ ਸਾਫ਼ ਬਹੁਤ ਹੈਗਾ। ਇਹ ਦੇਖੋ ਪੂਰਾ ਸਾਫ਼ ਪਾਣੀ ਹੈਗਾ। ਅਤੇ ਜਿਹੜਾ ਲੂਣ ਹੈ ਬਹੁਤ ਜ਼ਿਆਦਾ ਸ਼ਾਰਪ ਹੈ, ਕਹਿੰਦਾ ਜਦੋਂ ਜੇ ਤੁਸੀਂ ਲੱਤਾਂ ਵਿੱਚ ਡਬੋ ਕੇ ਇਹਦੇ ਬਹਿਣਾ ਹੈਗਾ ਤਾਂ ਤੁਸੀਂ ਆਰਾਮ ਨਾਲ ਮਤਲਬ ਦੇਖ ਕੇ ਬੈਠੋਗੇ, ਕਿਉਂਕਿ ਜ਼ਖਮ ਕਰ ਦਿੰਦਾ ਹੈ, ਮਤਲਬ ਇੰਨਾ ਜ਼ਿਆਦਾ ਤਿੱਖਾ ਹੈ ਅਤੇ ਜ਼ਖਮ ਕਰ ਦਿੰਦਾ। ਸਾਨੂੰ 2-3 ਦਿਨ ਹੋ ਗਏ ਅਸੀਂ ਨਹਾਤੇ ਨਹੀਂ ਹੈਗੇ, ਅਤੇ ਕਿਉਂਕਿ ਇੱਥੇ ਨਹਾਉਣ ਤੋਂ ਉਹਨੂੰ ਡੈਜ਼ਰਟ ਕੁਛ ਹੈ ਤਾਂ ਹੈ ਨਹੀਂ ਗਾ, ਅਤੇ ਬਸ ਇਹ ਹੈ। ਅਤੇ ਇਹੋ ਜਿਹੇ ਪੌਂਡ ਮਿਲ ਜਾਂਦੇ ਆ ਦਿਨ ਵੇਲੇ, ਅਤੇ ਜੇ ਨਹਾਉਣਾ ਤਾਂ ਇਹਦੇ 'ਚ ਤੁਸੀਂ ਨਹਾ ਸਕਦੇ ਹੋ। ਸਲਟੀ ਗਰਮੀ ਬਹੁਤ ਜ਼ਿਆਦਾ ਯਾਰ, ਪੁੱਜ ਕੇ ਜ਼ਿਆਦਾ ਗਰਮੀ ਆ, ਧੁੱਪੇ ਖੜਨ ਨੂੰ ਜੀ ਨਹੀਂ ਕਰਦਾ। ਅਤੇ ਇੰਨੀ ਜ਼ਿਆਦਾ ਗਰਮੀ ਆ, ਰੰਗ ਮੈਨੂੰ ਲੱਗਦਾ ਪੁੱਠੇ ਤਵੇ ਵਰਗਾ ਹੋ ਕੇ ਨਿਕਲੂਗਾ ਇੱਥੋਂ ਅਤੇ ਸਾਰੇ ਏਰੀਏ 'ਚੋਂ। ਆਹ ਦੇਖੋ ਕਿੱਡੀ ਖੂਬਸੂਰਤੀ ਆ, ਐਂ ਲੱਗਦਾ ਜਿਵੇਂ ਕੋਈ ਫਿਲਮੀ ਸੈੱਟ ਹੋਵੇ। ਆਹ ਕਿਤੇ ਪਹਾੜ ਆ ਜਾਂਦਾ, ਕਿਤੇ ਡੈਜ਼ਰਟ ਆ ਜਾਂਦਾ। ਆਹ ਸਾਡਾ ਨਾ ਸਾਫ਼ ਪਾਣੀ ਇਹਨਾਂ ਨੇ ਭਰ ਕੇ ਲਿਆਂਦਾ ਹੋਇਆ ਹੈਗਾ। ਆਹ ਜਿਹੜੀਆਂ ਕੇਨੀਆਂ ਨੇ ਨਾਲ ਪਾਣੀ ਦੀਆਂ ਨੇ ਸਾਡੇ ਕੋਲ, ਅਤੇ ਮੂੰਹ ਹੱਥ ਧੋਣਾ, ਬ੍ਰੱਸ਼ ਕਰਨਾ। ਵੈਸੇ ਤਾਂ ਤੁਹਾਨੂੰ ਦੱਸਿਆ ਸਾਰੀ ਕੈਂਪਿੰਗ ਸਾਈਟ ਆ ਇਹ, ਅਤੇ ਇੱਥੇ ਕੁਛ ਵੀ ਨਹੀਂ ਮਿਲਦਾ ਹੈਗਾ। ਜੇ ਨਾ ਤੁਹਾਨੂੰ ਇੱਥੇ ਧਰਤੀ ਦਿਖਾਵਾਂ, ਜਿਹੜੀ ਜ਼ਿਆਦਾਤਰ ਧਰਤੀ ਉਹ ਇਹੋ ਜਿਹੀ ਹੈ, ਅਤੇ ਹੈ ਸਾਰੀ ਡੈਜ਼ਰਟ ਮਤਲਬ ਸਲਟੀ ਹੈ ਇਹ, ਅਤੇ ਲੂਣ ਦੀ ਹੈ, ਬਟ ਐਵੇਂ ਇਹਦੇ ਪਾਪੜ ਪਾਪੜ ਜਿਹੇ ਬਣੇ ਪਏ ਆ ਸਾਰੀ ਧਰਤੀ ਦੇ। ਜਿੰਨੇ ਕਿਲੋਮੀਟਰ ਜਿੱਥੇ ਤੱਕ ਤੁਹਾਡੀ ਨਿਗਾਹ ਜਾਊਗੀ, ਸਾਰੀ ਧਰਤੀ ਤੁਹਾਨੂੰ ਇੱਥੇ ਇਹੋ ਜਿਹੀ ਮਿਲੂਗੀ। ਇਹ ਗਰਮੀ ਕਰਕੇ ਹੈ, ਕਿਉਂਕਿ ਗਰਮੀ ਇੱਥੇ ਇੰਨੀ ਜ਼ਿਆਦਾ ਪੈਂਦੀ ਹੈ, ਅਤੇ ਤਾਂ ਕਰਕੇ ਇੱਥੋਂ ਬਹੁਤ ਸਾਰੀਆਂ ਰਸਾਇਣਕ ਖਤਰਨਾਕ ਗੈਸਿਸ ਵੀ ਇਹ ਧਰਤੀ ਤੁਹਾਨੂੰ ਨਿਕਲਦੀਆਂ, ਇਹੋ ਜਿਹੇ ਪੋਰੇ ਬਣੇ ਹੋਏ, ਸਾਰਾ ਇਹਦਾ ਹੀ ਕਾਰਨ ਹੈ। ਅਤੇ ਆਹ ਦੇਖੋ, ਅਤੇ ਤੁਹਾਨੂੰ ਇੱਥੇ ਲੂਣ ਦਿਖਾ ਦੇਣਾ, ਆਹ ਨੇੜੇ ਦੇਖੋਗੇ ਲੂਣ ਹੈ ਸਾਰਾ, ਉੱਪਰੋਂ ਇਹ ਨਾ ਹਵਾਵਾਂ ਇੰਨੀਆਂ ਰੁੱਖੀਆਂ ਚੱਲ ਚੱਲੇ, ਇਹੋ ਜਿਹਾ ਸਾਰਾ ਬਣਿਆ ਹੋਇਆ। ਜਿਹੜੀ ਨਾ ਦੁਨੀਆ ਦੀ ਗਰਮ ਥਾਂ ਹੈਗੀ,
ਤੇ ਉਹ ਅਲੱਗ ਅਲੱਗ ਹਰ ਕੋਈ ਅਲੱਗ ਅਲੱਗ ਮੰਨਦਾ ਹੈਗਾ ਤੇ ਕੁਛ ਕੁ ਬੰਦੇ ਮੰਨਦੇ ਆ ਜਿਹੜੇ ਯੂਐਸ ਚ ਐਰੀਜ਼ੋਨਾ ਸਟੇਟ ਹੈ ਤੇ ਉੱਥੇ ਦੀ ਡੈਥ ਵੈਲੀ ਦੁਨੀਆਂ ਦਾ ਸਭ ਤੋਂ ਗਰਮ ਥਾਂ ਉਹ ਹੈ। ਕੁਛ ਕੁ ਮੰਨਦੇ ਹੈਗੇ ਇਰਾਨ ਚ ਜਿਹੜਾ ਇੱਕ ਉੱਥੇ ਵੀ ਇੱਕ ਡੈਜ਼ਰਟ ਪੈਂਦਾ ਉਹ ਸਭ ਤੋਂ ਦੁਨੀਆਂ ਦੀ ਗਰਮ ਥਾਂ ਹੈਗੀ ਤੇ ਕੁਛ ਕੁ ਇਹਨੂੰ ਮੰਨਦੇ ਆ। ਇਹਨੂੰ ਤੁਸੀਂ ਦੁਨੀਆਂ ਚ ਸਭ ਤੋਂ ਗਰਮ ਥਾਂ ਨਹੀਂ ਕਹਿ ਸਕਦੇ ਪਰ ਗਰਮ ਥਾਵਾਂ ਚੋਂ ਇੱਕ ਕਹਿ ਸਕਦੇ ਹੋ, ਮਤਲਬ ਵਰਲਡ ਦੀਆਂ ਜਿਹੜੀਆਂ ਮੋਸਟ ਹੋਟੈਸਟ ਪਲੇਸਿਸ ਨੇਗੀਆਂ। 55 ਡਿਗਰੀ ਇੱਥੇ ਤਾਪਮਾਨ ਨੋਰਮਲੀ ਚੱਲਿਆ ਜਾਂਦਾ ਹੈਗਾ ਤੇ ਪਰ ਬਹੁਤ ਸਾਰੇ ਜਿਹੜੀਆਂ ਟੂਰ ਕੰਪਨੀਜ਼ ਨੇ ਉਹ ਟੂਰ ਇਸੇ ਤਰ੍ਹਾਂ ਕਰਾਉਂਦੀਆਂ, ਤੁਹਾਨੂੰ ਲੈਂਡ ਕਰੂਜ਼ਰਾਂ 'ਚ ਗਰੁੱਪ 'ਚ ਤੁਹਾਨੂੰ ਲੈ ਕੇ ਆਉਂਦੀਆਂ ਤੇ ਤੁਹਾਨੂੰ ਇਹ ਜਗ੍ਹਾ ਦਾ ਐਕਸਪੀਰੀਅੰਸ ਕਰਾਉਂਦੀ ਹੈ ਕਿ ਇਹ ਜਗ੍ਹਾ ਕਿਹੋ ਜਿਹੀ ਹੈ। ਜਦੋਂ ਨਾ ਇਹ ਧਰਤੀ 'ਤੇ ਤੁਰੋਂਗੇ ਤਾਂ ਇੱਥੇ ਪਤਾ ਨਹੀਂ ਲੱਗਦਾ ਵੀ ਕਿੱਥੇ ਪਾਣੀ ਹੈ ਜਾਂ ਕਿੱਥੇ ਮਤਲਬ ਧਰਤੀ ਹੈਗੀ ਅਤੇ ਆਹ ਤੁਹਾਨੂੰ ਦੇਖਣ ਨੂੰ ਪਾਣੀ ਲੱਗਦਾ ਹੋਣਾ ਬਟ ਇਹ ਪਾਣੀ ਨਹੀਂ ਹੈਗਾ ਅਤੇ ਹੋ ਸਕਦਾ ਦੁਪਹਿਰ ਨੂੰ 2 ਘੰਟੇ ਤੱਕ ਇਹ ਸਾਰਾ ਜਿਹੜਾ ਮਤਲਬ ਪਾਣੀ ਬਣ ਜਾਵੇ, ਲੂਣ ਦਾ ਹੀ ਪਾਣੀ ਬਣ ਜਾਵੇ ਅਤੇ ਇਸੇ ਕਰਕੇ ਇਹ ਜਗ੍ਹਾ ਜਿਹੜੀ ਖਤਰਨਾਕ ਹੈਗੀ ਅਤੇ ਬੰਦੇ ਦਾ ਪਤਾ ਨਹੀਂ ਵੀ ਜਿਵੇਂ ਆਹ ਪੌਂਡ ਬਣਿਆ ਹੋਇਆ ਨਾ ਜਿਵੇਂ ਜਿੱਥੇ ਨਹਾ ਰਹੇ ਸੀਗੇ ਆਹ ਦੇਖੋ ਇਹ ਵੀ ਨੇੜੇ ਇਸੇ ਤਰ੍ਹਾਂ ਹੀ ਪੌਂਡ ਬਣਿਆ ਹੋਇਆ ਇਹ 'ਚੋਂ ਹੀ ਧਰਤੀ ਦੇ ਥੱਲੇ ਸਾਰੇ ਥੱਲੇ ਖਾਰਾ ਖਾਰਾ ਪਾਣੀ ਹੈ ਅਤੇ ਪਤਾ ਨਹੀਂ ਕਦੋਂ ਤੁਸੀਂ ਥੱਲੇ ਮਤਲਬ ਸਲਿੱਪ ਹੋ ਜਾਵੇ ਬੰਦਾ। ਵਧੀਆ ਰਹੇ ਅਸੀਂ ਮਤਲਬ ਨਹੀਂ ਗਏ ਅੰਦਰ ਇਹਦੇ ਵਿੱਚ ਨਹਾਉਣ ਦੇ ਲਈ ਪੂਲ 'ਚ, ਜਿਹੜੇ ਜਿਹੜੇ ਅੰਦਰ ਆ ਮੁੰਡੇ ਕੁਛ ਕੁੜੀਆਂ ਸਾਡਾ ਗਾਈਡ ਹੈ ਸਾਰੇ ਨਹਾ ਕੇ ਆਏ ਨਾ ਅਤੇ ਇਹਨਾਂ ਦੇ ਬੋਡੀ ਦੇ ਕੱਟ ਵੱਜ ਗਏ ਜਿਵੇਂ ਤੁਸੀਂ ਸਮੁੰਦਰ 'ਚ ਸਵਿਮਿੰਗ ਕਰਦੇ ਦੇਖੀ ਹੋਣਾ ਜਾਂ ਕਿਸੇ ਨੇ ਐਕਸਪੀਰੀਅੰਸ ਕੀਤਾ ਹੋਣਾ, ਆਟੋਮੈਟਿਕਲੀ ਬੋਡੀ 'ਤੇ ਥੋੜ੍ਹੇ ਥੋੜ੍ਹੇ ਰੈਸ਼ਿਜ਼ ਜਿਹੇ ਪੈ ਜਾਂਦੇ ਆ ਅਤੇ ਅੱਖਾਂ ਮੱਚਣ ਲੱਗ ਜਾਂਦੇ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਖਾਰਾ ਹੁੰਦਾ। ਕੱਟ ਲੜਦੇ ਜ਼ਖਮ ਜਦੋਂ ਜ਼ਖਮ ਹੁੰਦਾ ਨਾ ਜ਼ਖਮ 'ਤੇ ਜਦੋਂ ਲੂਣ ਪੈਂਦਾ ਹੈਗਾ ਫਿਰ ਉਹ ਆਟੋਮੈਟਿਕਲੀ ਲੜਦੇ ਹੀ ਲੜਦਾ ਹੈਗਾ ਅਤੇ ਘੰਟਾ ਕੁ ਸਾਨੂੰ ਇੱਥੇ ਹੋ ਗਿਆ ਤਾਂ 1.5 ਘੰਟਾ ਹੁਣ ਅਸੀਂ ਇਹ ਜਗ੍ਹਾ ਤੋਂ ਨਿਕਲਣ ਲੱਗੇ ਹਾਂ ਅਤੇ ਆਪਣਾ ਸਫ਼ਰ ਹੈ ਜਿਹੜਾ ਅੱਗੇ ਕੰਟੀਨਿਊ ਕਰਦੇ ਹਾਂ। ਵਿਲੀਅਮ ਯਾ ਪ੍ਰਵਾ ਏ ਸੀ ਲਾ ਦੇ ਮਾਰਤੇ, ਏ ਸੀ ਲਾ ਦੇ ਏ ਸੀ ਯਾਰ, ਗੱਡੀਆਂ ਦੇ ਏ ਸੀ ਵੀ ਨਹੀਂ ਕੰਮ ਕਰਦੇ, ਇੰਨੀ ਕੁ ਜ਼ਿਆਦਾ ਗਰਮੀ ਹੈ, ਏ ਸੀ ਕੰਮ ਹੀ ਕਰਨਾ ਛੱਡ ਦਿੰਦਾ ਇੱਥੇ ਆ ਕੇ। ਪਿੰਡ ਆ ਕੇ ਬਈ ਪਛਾਣ ਲਿਆ ਹੁਣ ਘਰਦੇ ਅਤੇ ਬਾਕੀ ਸਾਰੇ ਰਿਸ਼ਤੇਦਾਰ, ਕਿਤੇ ਕਹਿੰਦੇ ਵੀ ਇਹਦਾ ਰਿਪਨ ਨਹੀਂ ਲੱਗਦਾ ਕੁਛ ਹੋਰ ਹੀ ਲੱਗਦਾ, ਕੁਛ ਹੋਰ ਹੀ ਬਣਾਤਾ ਇੱਥੋਂ ਦੇ ਅਤੇ ਮੈਨੂੰ ਲੱਗਦਾ ਵੀ ਇਥੋਪੀਆ 'ਚ ਪਹਿਲਾਂ ਸਾਨੂੰ ਆਇਆ ਸੀ ਵੀ ਹੋਮੋ ਵੈਲੀ 'ਚ ਜ਼ਿਆਦਾ ਗਰਮ ਵੈਦਰ ਹੋਊ ਪਰ ਇਹਨੇ ਤਾਂ ਜਮੇ ਸਾਰਾ ਕੁਛ ਹੀ ਬਦਲਤਾ ਯਾਰ। 1 ਆਵਰ ਆਫਟਰ 1 ਆਵਰ ਵੈਰੀ ਹੋਟ, ਨੋ ਪੀਪਲ ਇਨ ਦਿਸ ਏਰੀਆ, ਇਫ ਐਨੀ ਪੀਪਲ ਦਿਸ ਏਰੀਆ ਦੈਨ ਦੈਨ ਨਾਈਟ ਓਕੇ। ਇਹ ਕਹਿੰਦਾ ਜਿਵੇਂ ਹੁਣ ਸਵੇਰ ਦੇ 11 ਵਜੇ ਹੈ ਅਤੇ ਕਹਿੰਦਾ 11 ਵਜੇ ਤੱਕ ਹੀ ਇੱਥੇ ਲੋਕ ਰਹਿੰਦੇ ਆ ਇਹ ਸਾਰੇ ਏਰੀਏ 'ਚ ਜਿਹੜਾ ਤੁਸੀਂ ਦੇਖ ਰਹੇ ਹੋ, ਇੱਦੋਂ ਬਾਅਦ 'ਚ ਬਸ ਜਿਹੜਾ ਰਹੂਗਾ ਚੜ੍ਹਾਈ ਕਰ ਜੂਗਾ ਅਤੇ ਗਿਆ ਰਾਤ ਨੂੰ ਕਹਿੰਦਾ ਇੱਦੋਂ ਬਾਅਦ 'ਚ ਲੋਕ ਆਉਂਦੇ ਆ ਜੇ ਕਿਸੇ ਨੇ ਟਰੈਵਲ ਕਰਨਾ, ਇਹ ਏਰੀਏ 'ਚ ਮੁੜ ਕੇ ਲੰਘਦਾ ਨਹੀਂ ਹੈਗਾ ਬੰਦਾ, ਇੰਨਾ ਖਤਰਨਾਕ ਏਰੀਆ ਹੈਗਾ ਇਹ ਵੀ ਆਉਣਾ ਅਵੋਇਡ ਕਰਦੇ ਆ ਅਤੇ ਤਾਂ ਕਰਕੇ ਟੂਰਿਸਟ ਨੂੰ ਸਵੇਰੇ ਸਵੇਰੇ ਲੈ ਕੇ ਆਉਂਦੇ ਆ, ਹੁਣ ਸਾਨੂੰ ਮਤਲਬ ਵਾਪਸ ਲੈ ਕੇ ਜਾ ਰਹੇ ਆ ਕੈਂਪਿੰਗ ਵਾਲੀ ਜਗ੍ਹਾ 'ਤੇ ਜਿੱਥੇ ਸਾਡੀ ਕੈਂਪਿੰਗ ਸੀ। ਦੁਪਹਿਰ ਦਾ 12:30 ਅਤੇ ਅਸੀਂ ਉਸੇ ਜਗ੍ਹਾ 'ਤੇ ਆਏ ਹਾਂ ਵਾਪਸ, ਤੁਸੀਂ ਇੱਕ ਅੱਧੇ ਵਲੌਗ ਸ਼ਾਇਦ ਪਹਿਲਾਂ ਦੇਖਿਆ ਹੋਵੇ, ਅਸੀਂ ਕੈਂਪਿੰਗ ਕੀਤੀ ਸੀ, ਅਸੀਂ ਇੱਥੇ ਸੁੱਤੇ ਸੀਗੇ, ਆਹ ਸਾਰੇ ਸਾਡੇ ਇੱਥੇ ਬੈੱਡ ਸੀਗੇ, ਮੰਜੇ ਸੀ, ਬਿਸਤਰੇ ਇਹਨਾਂ ਨੇ ਗੱਦੇ ਦਿੱਤੇ ਸੀਗੇ ਅਤੇ ਇੱਥੇ ਹੁਣ ਲੰਚ ਕਰਾਉਣਗੇ। ਇਹੋ ਜਿਹੀਆਂ ਨਾ ਇਹਨਾਂ ਕੋਲ ਡੈਜ਼ਰਟ 'ਚ ਥਾਵਾਂ ਬਣੀਆਂ ਹੁੰਦੀਆਂ
ਤੇ ਉੱਥੇ ਇਹ ਥਾਵਾਂ ਤੇ ਬੰਦੇ ਨੂੰ ਦੁਪਹਿਰ ਦੇ ਵੇਲੇ ਲੈ ਆਉਂਦੇ ਆ ਤੇ ਨਾਲ ਥੋੜੀ ਜਿਹੀ ਰੈਸਟ ਹੋ ਜਾਂਦੀ ਹੈ ਤੇ ਨਾਲ ਗੱਡੀਆਂ ਨੂੰ ਵੀ ਸਾਹ ਮਿਲ ਜਾਂਦਾ ਕਿਉਂਕਿ ਗੱਡੀਆਂ ਵੀ ਗਰਮ ਰਹਿੰਦੀਆਂ ਹੁਣ ਟਾਇਰਾਂ ਤੇ ਇੱਥੇ ਪਾਣੀ ਪੂਣੀ ਪਾਉਣਗੇ ਤੇ ਆਪਦਾ ਤੇਲ ਪਾਣੀ ਚੈੱਕ ਕਰਨਗੇ ਉਸ ਤੋਂ ਬਾਅਦ ਫਿਰ ਇਹ ਸਾਨੂੰ ਅੱਗੇ ਸਫ਼ਰ ਕੰਟੀਨਿਊ ਕਰਾਉਣਗੇ ਹੁਣ ਅੰਦਰ ਚੱਲਦੇ ਹਾਂ ਦੇਖਦੇ ਹਾਂ ਤੇ ਪਹਿਲਾਂ ਦਾ ਇਹ ਲੰਚ ਰੈਡੀ ਹੋਇਆ ਕਿ ਨਾ ਇਹ ਸਾਰਾ ਸਮਾਨ ਨਾ ਇੱਥੇ ਗੱਡੀਆਂ ਦੇ ਉੱਪਰ ਜਿਹੜਾ ਲੋਡ ਹੁੰਦਾ ਹੈਗਾ ਤੁਹਾਨੂੰ ਦਿਖਾ ਦਾਂ ਥੋੜ੍ਹਾ ਜਿਹਾ ਜਿਵੇਂ ਇੱਥੇ ਤੱਕ ਆਉਣ ਲਈ ਜਿਹੜੇ ਗੱਦੇ ਹੋ ਗਏ ਕੁਕਿੰਗ ਦਾ ਸਮਾਨ ਹੋ ਗਿਆ ਉਹ ਸਾਰਾ ਕੁਛ ਇਹੋ ਜਿਹੀ ਕੈਂਪਿੰਗ ਸਾਈਟ 'ਤੇ ਰੱਖ ਦਿੰਦੇ ਫਿਰ ਇਹ ਤੁਰਦੇ ਫਿਰਦੇ ਇੱਧਰ ਡੈਜ਼ਰਟ 'ਚ ਪੂਰਾ ਇਹ ਤੁਹਾਨੂੰ ਜਗ੍ਹਾਵਾਂ ਦਿਖਾਉਂਦੇ ਰਹਿੰਦੇ ਆ ਅੰਦਰ ਬਹਿ ਕੇ ਥੋੜ੍ਹਾ ਜਿਹਾ ਸਾਹ ਮਿਲੋ ਹਵਾ ਬਹੁਤ ਤੇਜ਼ ਚੱਲਦੀ ਰਹਿੰਦੀ ਹੈ ਇੱਥੇ ਸਾਰਾ ਦਿਨ ਇਹ ਜਿਹੜਾ ਸਾਡਾ ਇਹ ਸਾਡਾ ਡਾਇਨਿੰਗ ਹਾਲ ਹੈ ਡਾਇਨਿੰਗ ਹਾਲ ਦੇ ਵਿੱਚ ਅਤੇ ਜਾਂ ਬਾਰ ਵੀ ਕਹਿ ਸਕਦੇ ਹੋ ਰੈਸਟੋਰੈਂਟ ਵੀ ਕਹਿ ਸਕਦੇ ਹੋ ਸਾਰਾ ਕੁਛ ਮਿਕਸ ਹੈ ਅਤੇ ਇੱਥੇ ਹੀ ਹੁੰਦਾ ਸੀਗਾ ਅਤੇ ਅੰਦਰਲੇ ਪਾਸੇ ਇੱਧਰ ਕਿਚਨ ਆ ਜਾਂਦੀ ਹੈ ਵਟ ਇਜ਼ ਦਿਸ ਵਨ ਵੈਜੀਟੇਬਲ ਓਕੇ ਨੋ ਚਿਪਸ ਓਕੇ ਬਾਈ ਧੰਨ ਨੇ ਯਾਰ ਜਿਹੜੇ ਲੋਕ ਅਤੇ ਓਕੇ ਦਿਸ ਵਨ ਇਜ਼ ਚਿਪਸ ਓ ਫ੍ਰੈਂਚ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਇੱਥੇ ਇਹੋ ਜਿਹੇ ਬਣਾਉਂਦੇ ਇਹ ਧੰਨ ਹੈ ਬਾਈ ਜਿਹੜਾ ਬਣਾ ਕੇ ਖਵਾ ਆਉਂਦਾ ਓਕੇ ਦਿਸ ਇਜ਼ ਰਾਈਸ ਹਾਂ ਜ਼ਬੀਬ ਯੂ ਨੋ ਜ਼ਬੀਬ ਜ਼ਬੀਬ ਆਈ ਡੋਨਟ ਨੋ ਜ਼ਬੀਬ ਅੱਛਾ ਵੈਜੀਟੇਬਲ ਕੁੱਲ ਮਿਲਾ ਕੇ ਵਧੀਆ ਬਣਿਆ ਖਾਣ ਨੂੰ ਅਤੇ ਖਾ ਪੀ ਕੇ ਫਿਰ ਆਪਣਾ ਅੱਗੇ ਸਫ਼ਰ ਕੰਟੀਨਿਊ ਕਰਾਂਗੇ ਬਾਹਰਲੇ ਪਾਸੇ ਚੱਲੀਏ ਹੁਣ ਇਹ ਰਸੋਈ ਸੀ ਜਿਹੜੀ ਤੁਹਾਨੂੰ ਦਿਖਾਉਣੀ ਸੀਗੀ ਅੰਦਰਲੇ ਪਾਸੇ ਹੈਲੋ ਇਹ ਕੁੜੀ ਸਵਿਟਜ਼ਰਲੈਂਡ ਤੋਂ ਆ ਇਹਨਾਂ ਕੋਲ ਸਵਿਟਜ਼ਰਲੈਂਡ ਜਾਣਾ ਅਸੀਂ ਉਹ ਇਹ ਕਮਿੰਗ ਓਕੇ ਨੈਕਸਟ ਮੰਥ ਯਾ ਥੈਂਕ ਯੂ ਇਹ ਆ ਗਿਆ ਸਾਡਾ ਇਹਦਾ ਲੰਚ ਜਿਹਦੇ 'ਚ ਚੌਲ ਤੁਹਾਨੂੰ ਦਿਖਾਈ ਦਿੱਤੇ ਸੀ ਇਹ ਕੁਛ ਬਣਿਆ ਅਤੇ ਲੰਚ ਟੇਬਲ 'ਤੇ ਬਹਿ ਕੇ ਸਾਰੇ ਲੰਚ ਸ਼ੁਰੂ ਕਰਦੇ ਹਾਂ ਆਪਣਾ ਇੰਨਾ ਧਿਆਨ ਰੱਖਦੇ ਯਾਰ ਕੋਕਾ ਕੋਲਾ ਸਪਰਾਈਟ ਇੱਥੇ ਵੀ ਮਿਲੀ ਜਾਂਦਾ ਪਰ ਠੰਡਾ ਨਹੀਂ ਹੈਗਾ ਬੱਬਲ ਬੱਤਾ ਖੁਸ਼ੀ ਇੱਕੋ ਹੀ ਲੈ ਲਓ ਬਹੁਤ ਆ ਆਹ ਪਤਾ ਨਹੀਂ ਕੀ ਬਣਾਇਆ ਯਾਰ ਕਿਆ ਪਤਾ ਖਾਣਾ ਪੈਣਾ ਹੁਣ ਕੀ ਕਰੀਏ ਲੰਚ ਹੋ ਗਿਆ ਜੀ ਅਤੇ ਹੁਣ ਅੱਗੇ ਨੂੰ ਵਧਣਾ ਸਫ਼ਰ ਕਿਉਂਕਿ ਅਸੀਂ ਅੱਜ ਆਪਣਾ ਜਿਹੜਾ ਹੋਟਲ ਹੈਗਾ ਉਹਨੂੰ ਚੇਂਜ ਕਰ ਰਹੇ ਹਾਂ ਤਾਂ ਕਰਕੇ ਗੱਦੇ ਗੁੱਦੇ ਸਾਰੇ ਲੱਦ ਲਏ ਬੰਨ ਲਿਆ ਸਮਾਨ ਅਤੇ ਹੁਣ ਇਹਨਾਂ ਨੇ ਗਾਈਡ ਨੇ ਸਾਨੂੰ ਇੰਸਟਰਕਸ਼ਨ ਦੇ ਦੀਆਂ ਵੀ 3 ਘੰਟੇ ਦਾ ਅੱਗੇ ਆਪਣਾ ਸਫ਼ਰ ਹੋਊ 3.5 ਘੰਟਿਆਂ ਬਾਅਦ ਅਸੀਂ ਫਿਰ ਰੁਕਾਂਗੇ ਅਤੇ ਨਵੀਂ ਜਗ੍ਹਾ 'ਤੇ ਜਿਵੇਂ ਤੁਹਾਨੂੰ ਦੱਸਿਆ ਨਵਾਂ ਹੋਟਲ ਅੱਜ ਲੱਭਾਂਗੇ ਕੋਈ ਅਤੇ ਉਹਨਾਂ ਟਾਈਮ ਇੱਥੇ ਜੇ ਤੁਸੀਂ ਕਹਿੰਦੇ ਫਰੈਸ਼ ਹੋਣਾ ਜੰਗਲ ਪਾਣੀ ਜਾਣਾ ਉਹਦਾ ਉਹ ਜਾ ਕੇ ਆ ਸਕਦਾ ਜੰਗਲ ਪਾਣੀ ਦੇ ਲਈ ਜਿਹੜਾ ਸਾਰਾ ਸਿਸਟਮ ਹੈ ਨਾ ਓਪਨ ਹੀ ਹੁੰਦਾ ਇੱਥੇ ਅਤੇ ਕੋਈ ਰੋਕ ਟੋਕ ਨਹੀਂ ਜਿਵੇਂ ਪਹਿਲਾਂ ਹੁੰਦਾ ਸੀਗਾ ਕਿਤੇ ਵੀ ਜਾ ਸਕਦੇ ਅਤੇ ਆਹ ਮੰਜੇ ਤੁਹਾਨੂੰ ਦਿਖਾਤਾ ਇੱਥੋਂ ਦੇ ਬਾਣ ਵਾਲੇ ਮੰਜੇ ਸੀ ਜਿਨ੍ਹਾਂ 'ਤੇ ਅਸੀਂ ਰਾਤ ਸੁੱਤੇ ਸੀ ਵੈਸੇ ਸਾਨੂੰ ਤਾਂ ਕੋਈ ਨਵੀਂ ਗੱਲ ਇੱਥੇ ਲੱਗੀ ਨਹੀਂ ਹੈਗੀ ਕਿਉਂਕਿ ਪੰਜਾਬ 'ਚ ਤਾਂ ਮੋਸਟਲੀ ਆਪਾਂ ਬਚਪਨ 'ਚ ਸਾਰੇ ਹੀ ਸੌਂਦੇ ਰਹੇ ਹਾਂ ਜੇ ਹੁਣ ਨਹੀਂ ਸੌਂਦੇ ਅਤੇ ਪਰ ਅੰਗਰੇਜ਼ਾਂ ਨੂੰ ਇੱਥੇ ਬਾਹਲੀ ਵੱਡੀ ਗੱਲ ਲੱਗਦੀ ਹੈ ਇਹ ਅਤੇ ਅੰਗਰੇਜ਼ਾਂ ਨੂੰ ਕਰਦੇ ਸੀ ਰਾਤ ਵਾਹ ਉਹ ਨਯਾ ਫਲਾਣਾ 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 ਅਤੇ ਵਧੀਆ ਨੀਂਦ ਆਈ ਯਾਰ ਬਹੁਤ ਲੰਬੇ ਟਾਈਮ ਬਾਅਦ ਇੱਕ ਐਵੇਂ ਦਾ ਅਸੀਂ ਐਡਵੈਂਚਰ ਆਪਦਾ ਕੀਤਾ ਹੈ ਨਾ
ਖੁਸ਼ੀ ਕਹਿੰਦੀ ਗੱਡੀ ਚਲਾਉਂਦੇ ਤਾਂ ਹੈ ਨੀ ਇਹ, ਕਹਿੰਦੀ ਤੁਰਦੇ ਨੀ, ਕਦੋਂ ਦੀ ਰੋਟੀ ਖਾਧੀ ਆ, ਸਾਰਾ ਕੁਝ ਲੰਚ ਵੀ ਹੋ ਗਿਆ ਸੀਗਾ, ਕਹਿੰਦੀ ਮੈਂ ਹੀ ਚਲਾ ਕੇ ਲੈ ਜਾਂਦੀ। ਉਹਨੂੰ ਕਹਿੰਦਾ ਤੂੰ ਪਿੱਛੇ ਬੈਠਾ ਚ, ਅਸੀਂ ਆਪ ਹੀ ਚਲਾ ਕੇ ਲੈ ਕੇ ਚੱਲੇ। ਹਾਂ ਇੱਥੇ ਕਿਹੜਾ ਰੋਡ ਆ, ਤਾਂ ਹੀ ਤਾਂ ਕਹਿੰਦਾ ਵੀ ਚਲਾਉਣੀ ਨੀ, ਕਿਤੇ ਡੈਜ਼ਰਟ ਚ ਹੋਰ ਕਿਤੇ ਫਸਾ ਕੇ ਖੜਾ ਦੋਗੇ ਇਹ ਬੰਦੇ। ਇਹ ਡਰਾਈਵਿੰਗ ਕਰ ਲਈ ਨੀ, ਅੱਗੇ ਬੈਠੇ ਸੀ ਏਸੀ ਦੀ ਹਵਾ ਖਾਣ ਬੈਠੇ ਸੀ, ਪਿੱਛੇ ਹਵਾ ਘੱਟ ਜਾਂਦੀ ਹੈ ਨਾ ਏਸੀ ਦੀ, ਅੱਗੇ ਫਰੰਟ ਸੀਟ ਤੇ ਹਵਾ ਆਉਂਦੀ ਹੈ। ਇੱਥੇ ਗੱਡੀ ਚਲਾ ਕੇ ਲੈ ਜਾਓ, ਅੱਗੇ ਬਹਿ ਜਾਓ ਮੇਰੀ ਸੀਟ ਤੇ, ਬਹਿਣਾ ਅੱਗੇ, ਚਲੋ ਫਿਰ ਜਾਓ ਪਿੱਛੇ। ਦੁਪਹਿਰਾ ਸਾਡਾ ਸਾਰਾ ਲੰਘ ਗਿਆ, ਲਗਭਗ 2 ਵਜ ਗਏ ਇੱਥੋਂ ਅਸੀਂ ਨਿਕਲਣ ਲੱਗੇ ਹੁਣ, ਅਤੇ ਚੱਕਰ ਇਹ ਸੀ ਇਹਨਾਂ ਨੂੰ ਵੀ ਐਂ ਹੁੰਦਾ ਵੀ ਦੁਪਹਿਰਾ ਲੰਘ ਜੇ ਜਨ ਜਿਹੜੀ ਸਿਖਰ ਦੀ ਧੁੱਪ ਹੈ, ਹੁਣ ਜਿਉਂ ਜਿਉਂ ਅਸੀਂ ਅੱਗੇ ਨੂੰ ਵਧਾਂਗੇ ਅਤੇ ਨਾਲ ਨਾਲ ਫਿਰ ਮਤਲਬ ਦਿਨ ਢਲੀ ਜਾਊਗਾ। ਇੱਧਰਲੇ ਪਾਸੇ ਮੈਨੂੰ ਅੱਜ ਸੂਰਜ ਪਊਗਾ ਤਾਂ ਕਰਕੇ ਮੈਂ ਸ਼ੀਸ਼ੇ ਹੀ ਬੰਦ ਕੀ ਕਰਨਾ ਪੈ ਗਿਆ ਮੈਨੂੰ, ਦੇਖ ਲਓ ਅਤੇ ਸ਼ੀਸ਼ਾ ਬੰਦ ਰੱਖਿਆ ਹੋਇਆ ਮੈਂ ਇੱਧਰਲੇ ਪਾਸੇ। ਇਹਨੇ ਕਿਹੜਾ ਸਾਈਡ ਦੇਖ ਕੇ ਇਹਨੇ ਕੀ ਕਰਨਾ, ਇੱਥੇ ਕਿਹੜਾ ਕੋਈ ਟ੍ਰੈਫਿਕ ਜਾਮ ਆ ਵੀ ਸਾਈਡਾਂ ਦੇਖਣੀਆਂ। ਦੇਖੋ ਡੈਜ਼ਰਟ ਹੈ, ਦੇਖੋ ਦੇਖਦਾ ਦੂਰ ਦਾ ਕੁਛ ਸਾਰਾ ਖਾਲੀ ਡੈਜ਼ਰਟ ਪਿਆ, ਬਸ ਇਕੱਲਾ ਫਰੰਟ ਫਰੰਟ ਦੀ ਦੇਖਣਾ ਹੈਗਾ। ਸੜਕਾਂ ਦੇਖੋ, ਸੜਕ ਨਹੀਂ ਕਹਿ ਸਕਦੇ ਯਾਰ ਇਹਨੂੰ, ਮੈਂ ਸੜਕ ਕਹਿ ਦਿੰਦਾ, ਰਸਤੇ ਦੇਖੋ, ਰਾਹ ਰਸਤੇ ਕਿਵੇਂ ਦੇ ਬਣੇ ਹੋਏ, ਤੇ ਸਾਰੇ ਕਿਤੇ ਮਿੱਟੀ ਦੇ ਤੇ ਕਿਤੇ ਲੂਣ ਦੇ ਵਿੱਚੋਂ ਦੀ, ਤੇ ਅਈਂ ਤੁਰੀਆਂ ਜਾਂਦੀਆਂ ਨੇ ਗੱਡੀਆਂ। ਇਹ ਧਾਨੇ ਨੇ ਜਿਹਨਾਂ ਨੂੰ ਰਾਹ ਪਤਾ ਨੇ ਕਿ ਰਾਹ ਇੱਥੋਂ ਦੀ ਇੱਧਰ ਨੂੰ ਜਾਂਦਾ, ਸਾਨੂੰ ਤਾਂ ਬੰਦਾ ਆਵੇ ਨਵਾਂ ਰਾਹ ਦੀ ਉਲਝ ਜਾਊਗਾ, ਜਾਂ ਬੰਦਾ ਇਹ ਸੋਚ ਲਏ ਵੀ ਮੈਂ ਅਸੀਂ ਆਪਦੀ ਪਰਸਨਲ ਗੱਡੀ 'ਚ ਘੁੰਮਣ ਆ ਜਾਵਾਂਗੇ ਇਹ ਜਗ੍ਹਾ ਨੂੰ। ਇਹ ਲੈ ਵੀ ਰਸਤੇ 'ਚ ਰੁਕਿਆ, ਕਾਫੀ ਬ੍ਰੇਕ ਹੋਈ ਹੈ, ਇਹ ਛੋਟਾ ਜਿਹਾ ਪਿੰਡ ਆਇਆ ਇੱਕ, ਇਹੋ ਜਿਹੇ ਇੱਥੇ ਪਿੰਡ ਆਉਂਦੇ ਆ ਰਸਤੇ 'ਚ ਤੁਰਦੇ ਜਾਂਦੇ ਨਾ, ਅਤੇ ਇਹੋ ਜਿਹੇ ਪਿੰਡ ਹੈ। ਆਹ ਦੇਖੋ ਇਹੋ ਜਿਹੇ ਘਰ ਹੈ, ਲੋਕ ਰਹਿੰਦੇ ਹੈਗੇ। ਆ ਬਾਈ ਇੱਕ ਹਿੰਦੀ ਬੋਲੀ ਜਾਂਦਾ ਐਡੀ ਦੂਰ। ਹਾਂ ਬਾਈ ਕੈਸਾ ਹੈ, ਤੇਰੇ ਕੁਛ ਹਿੰਦੀ ਬੋਲਤਾ ਹੈ, ਹਿੰਦੀ ਬੋਲਤਾ ਹੈ ਜਾਂ ਪੰਜਾਬੀ? ਪੰਜਾਬੀ ਆਪਕੋ ਕੈਸੇ ਪਤਾ ਮੈਂ ਪੰਜਾਬੀ ਹਾਂ। ਇੱਧਰ ਕੰਮ ਕਰਨੇ ਹੈ, ਕਹਾਂ ਸੇ ਆਪ? ਇੱਧਰ ਸੀ, ਇੱਥੋਂ ਵੀ ਨਹੀਂ ਹੈ। ਆਪਨੇ ਕਾਮ ਕੀਆ ਹੋਗਾ ਕਹੀਂ? ਕਾਮ ਕਾ ਮੇਰਾ ਕਾਮ ਕਾ ਉਹ ਇੰਜੋਲੋਜੀ, ਇੰਜੋਲੋਜੀ ਹਾਂ, ਇੰਜੋਲੋਜੀ, ਇੰਜੋਲੋਜੀ। ਓਕੇ, ਅੱਛਾ ਲਗਾ ਯਾਰ ਆਪਸੇ ਮਿਲ ਕੇ। ਮੇਰਾ ਨਾਮ ਰਿਪਨ ਹੈ, ਰਿਪਨ ਹੈ ਮੇਰੇ ਕੋ। ਆ ਜਾ ਚਲੋ ਉਧਰ ਉਧਰ ਬੈਠ, ਆ ਗਿਆ ਆ ਗਿਆ। ਇਹ ਬਾਈ ਕੋਲੇ ਕਾਫੀ ਪੀਣਾ ਆ। ਜਿਹੜੇ ਈਸਟ ਅਫਰੀਕਨ ਇੱਧਰ ਦੇ ਲੋਕ ਹੈ ਨਾ, ਹਿੰਦੀ ਬਹੁਤ ਜਾਣਦੇ ਆ ਯਾਰ, ਇਹ ਗੱਲ ਵਧੀਆ ਹੈਗੀ। ਹੋ ਹੋ ਹੋ, ਰੈਸਟੋਰੈਂਟ ਦੇਖੋ ਇਹਨਾਂ ਦੇ, ਇੰਨੀ ਗਰਮੀ ਚ ਇਧਰ ਆ ਜਾਏ। ਅੱਛਾ ਇਧਰ ਬੈਠਣੇ ਗਾ, ਉਹ ਬਾ ਬਾਈ ਠੰਡੀ ਬੋਤਲ, ਕਿਆ ਬਾਤ ਹੈ, ਇਹ ਪਤਾ ਨੀ ਕਿਵੇਂ ਠੰਡੀ ਰੱਖੀ ਬੈਠਾ। ਬੋਰੀ ਚੋ ਹੀ ਕੱਢੇ, ਜਾਦੂ ਦੀ ਪੁੜੀ ਹੈ, ਬੋਰੀ ਚੋ ਹੀ ਬਰਫ ਵਾਲੀ ਬੋਤਲ ਕੱਢ ਕੇ ਦੇ ਦੀ। ਵੈਸੇ ਨਾ ਯਾਰ ਤੁਸੀਂ ਸੋਚਦੇ ਹੋਗੇ ਵੀ ਇੰਨੀ ਗਰਮੀ ਚ ਕਾਫੀ ਵੀ ਦਿਮਾਗ ਠੀਕ ਹੈ ਇਹਨਾਂ ਦਾ, ਪਰ ਕੀ ਕਰੀਏ ਜਿਹੜੇ ਇਥੋਪੀਅਨ ਲੋਕ ਹੈ ਨਾ, ਤੇ ਇਹਨਾਂ ਲਈ ਕਾਫੀ ਇੱਕ એનર્ਜੀ ਦਾ ਕੰਮ ਕਰਦੀ ਹੈ, ਤੇ ਡਰਾਈਵਰ ਬਾਈਆਂ ਨੇ ਪੀਣੀ ਸੀ ਸਾਰਿਆਂ ਨੇ, ਤੇ ਜਿਹੜੀ ਇਥੋਪੀ ਕਾਫੀ ਦੀ ਸ਼ੁਰੂਆਤ ਉਹ ਵੀ ਇਥੋਪੀਆ ਤੋਂ ਹੋਈ ਹੈ, ਤਾਂ ਕਰਕੇ ਜਿਹੜੇ ਇੱਥੇ ਦੇ ਲੋਕ ਹੈ, ਜਿਵੇਂ ਆਪਾਂ ਚਾਹ ਪੀਂਦੇ ਹਾਂ ਤੇ ਇੱਥੇ ਲੋਕ ਬਾਹਲੀ ਜ਼ਿਆਦਾ ਕਾਫੀ ਪੀਂਦੇ ਆ, ਤੇ ਇੰਨੀ ਗਰਮੀ ਚ ਵੀ ਇਹਨਾਂ ਨੂੰ ਇਹ ਕੁਛ ਨਹੀਂ ਕਹਿੰਦੀ, ਅਸੀਂ ਤਾਂ ਪੀਣੀ ਨਹੀਂ
ਤੇ ਬਟ ਇਹਨਾਂ ਨਾਲ ਮਤਲਬ ਬੈਠੇ ਆ ਤਾਂ ਕਰਕੇ ਇੱਥੇ ਆਏ। ਜਦੋਂ ਐ ਬੈਠ ਕੇ ਕਾਫੀ ਪੀਣ ਨੂੰ ਬੋਲਦੇ ਕਾਫੀ ਸੈਰਮਨੀ, ਮਤਲਬ ਕਾਫੀ ਸੈਰਮਨੀ ਬੋਲ ਦਿੰਦੇ ਤੇ ਹੁਣ ਇਹ ਸੈਰਮਨੀ ਕਰਨ ਲੱਗੇ ਆਪਣੀ। ਹੈਲੋ, ਹਾਊ ਆਰ ਯੂ? ਫਾਈਨ, ਗੁੱਡ। ਵਾਹ ਕਿਆ ਬਾਤ ਹੈ, ਬੜੇ ਦਿਨਾਂ ਬਾਅਦ ਬੁੰਨਾ ਮਿਲੀ ਅੱਜ ਬੁੰਨਾ। ਮੈਂ ਕਿਹਾ ਆਪਾਂ ਵੀ ਪੀ ਲਈਏ ਯਾਰ ਸਾਰਿਆਂ ਨਾਲ, ਕਿਉਂ ਦਿਲ ਤੋੜਨਾ ਇਹਨਾਂ ਦਾ। ਇਹ ਸਾਡਾ ਹੈਦਰਾਬਾਦੀ ਬਾਈ ਵੀ ਪੀਊਗਾ ਕਾਫੀ। ਕਾਫੀ ਬੁੰਨਾ ਕੱਪ ਚੱਕਣਾ ਇੰਨਾ ਖਤਰਨਾਕ ਹੈ ਨਾ, ਇਹ ਲੱਗਦਾ ਜਿਵੇਂ ਭੱਠੀ ਚ ਹੱਥ ਪਾਉਣ ਦੇ ਬਰਾਬਰ ਹੁੰਦਾ। ਇੱਕ ਤਾਂ ਗਰਮ ਕਾਫੀ ਹੈ, ਚੋਂ ਧੁੱਪ ਇੰਨੀ ਗਰਮੀ ਚ ਕੱਪ ਪਏ ਹੋਣਗੇ ਤੇ ਪਤਾ ਨੀ ਪੀਤੀ ਕਿਵੇਂ ਜਾਊਗੀ, ਹੱਥ ਕੰਬੀ ਜਾਂਦੇ ਆ। ਲੈ ਬਈ ਕਾਫੀ ਪੀ ਲਈ ਤੇ ਹੁਣ ਚੱਲੀਏ ਇੱਥੋਂ। ਆਹ ਬਾਈ ਨੂੰ ਤਾਂ ਯਾਰ ਬਾਹਲੀਆਂ ਲੈਂਗੁਏਜ ਆਉਂਦੀ ਨੇ। ਓ ਬਾਈ ਕਿਤਨੀ ਲੈਂਗੁਏਜ ਜਾਣਦਾ ਹੈ ਤੂੰ? ਕਿਤਨੇ ਮਾਲੂਮ ਹੋ ਗਿਆ? ਪੰਜ ਪੰਜ ਲੈਂਗੁਏਜ ਆਤਾ ਹੈ। ਹਿੰਦੀ, ਸਪੈਨਿਸ਼ ਵੀ ਬੋਲਤਾ ਹੈ, ਫ੍ਰੈਂਚ ਵੀ ਬੋਲਦਾ ਹੈ, ਫ੍ਰੈਂਚ ਵੀ ਬੋਲਦਾ, ਸਪੈਨਿਸ਼ ਵੀ ਬੋਲਦਾ। ਕੌਣ ਇਹਨੂੰ ਅਨਪੜ੍ਹ ਕਹਿ ਦੂਗਾ? ਪੜ੍ਹਿਆ ਲਿਖਿਆ ਤਾਂ ਸਾਡੇ ਨਾਲੋਂ ਵੱਧ ਪੜ੍ਹਿਆ ਲਿਖਿਆ ਭਾਈ ਹੈ। ਅੱਛਾ ਲੱਗਾ ਯਾਰ, ਆਪ ਹਮਸੇ ਵੀ ਜ਼ਿਆਦਾ ਨੌਲੇਜ ਹੈ ਆਪਕੋ, ਫ੍ਰੈਂਚ ਆਤਾ ਹੈ ਕਿਉਂਕਿ ਸਾਰ ਫਿਰ ਅਗਲਾ ਦੂਸਰਾ ਸਿੱਖੇਗਾ। ਕਮਾਲ ਹੋ ਗਿਆ ਯਾਰ। ਤੇ ਸਾਰੇ ਨਾਲ ਜਿਹੜੇ ਸਾਡੇ ਨਾਲ ਗੋਰੇ ਸੀਗੇ, ਮਤਲਬ ਉਹਨਾਂ ਚੋਂ ਬੈਲਜੀਅਮ ਤੋਂ ਆਦੇ, ਨੀਦਰਲੈਂਡ ਤੋਂ ਹੈ, ਬੈਲਜੀਅਮ ਤੋਂ ਹੈ, ਬ੍ਰਾਜ਼ੀਲ ਤੋਂ, ਸਾਰੇ ਨਾਲ ਗੱਲਾਂ ਮਾਰੀ ਜਾਵੇ। ਮੈਂ ਕਿਹਾ ਯਾਰ ਤੂੰ ਹੱਦ ਕਰਦੀ ਵੀ, ਪਹਿਲਾਂ ਮੈਨੂੰ ਤਾਂ ਐਂ ਸੀ ਵੀ ਤੂੰ ਤੈਨੂੰ ਇਕੱਲੀ ਹਿੰਦੀ ਆਉਂਦੀ ਹੈ, ਕਹਿੰਦਾ ਮੈਨੂੰ ਬਾਕੀ ਵੀ ਲੈਂਗੁਏਜ ਆਉਂਦੀ ਹੈ ਯਾਰ। ਅੱਛਾ ਹੈ ਯਾਰ ਬਾਈ, ਇਹ ਲੱਗਦਾ ਵੀ ਜਮੀ ਇੰਡੀਅਨ ਹੈ ਦੇਖਣ ਨੂੰ, ਐਂ ਲੱਗਦਾ ਹੀ ਨਹੀਂ ਹੈਗਾ ਵੀ ਇੱਧਰ ਦਾ। ਯੂਰੋਪੀਅਨ ਨਹੀਂ ਲੱਗਦਾ ਤੂੰ, ਇੱਧਰ ਕਿਆ ਲੱਗਦਾ? ਵੈਸੇ ਯਹਾਂ ਕਾ ਹੈ, ਯਹਾਂ ਕਾ ਹੈ ਨਾ, ਇੱਧਰ ਕਾ ਹੈ, ਇੱਥੋਂ ਦੀ ਹੈ ਰਹਿਣ ਵਾਲਾ, ਪਰ ਅੱਛਾ ਮਿਲਦੇ ਆ ਫਿਰ, ਠੀਕ ਹੈ, ਓਕੇ ਓਕੇ ਬਾਬਾ। ਲੈ ਬਈ ਦੇਖ ਲਓ ਇਹੋ ਜਿਹੇ ਘਰਾਂ 'ਚ ਜਿਹੜੇ ਬੰਦੇ ਰਹਿੰਦੇ ਆ, ਵਿੱਚ ਇੰਨੇ ਨੇ ਮਤਲਬ ਇੰਟੈਲੀਜੈਂਟ ਬੰਦੇ ਆ, ਜੈਨੂਅਨ ਬੰਦੇ ਯਾਰ, ਕਮਾਲ ਹੋ ਗਈ। ਤੁਸੀਂ ਕਿਸੇ ਨੂੰ ਦੇਖ ਕੇ ਭਰੋਸਾ ਕਰ ਨਹੀਂ ਸਕਦੇ, ਕਿਸੇ ਨੂੰ ਜੱਜ ਨਹੀਂ ਕਰ ਸਕਦੇ ਦੇਖ ਕੇ ਵੀ ਫਲਾਣਾ ਬੰਦਾ ਕਿਵੇਂ ਹੈਗਾ, ਤੇ ਉਹ ਵਰਤੇ ਤੋਂ ਪਤਾ ਲੱਗਦਾ ਅਗਲੇ ਨਾਲ ਵੀ ਅਗਲਾ ਕਿੰਨਾ ਕੁ ਇੰਟੈਲੀਜੈਂਟ ਹੈਗਾ। ਕਾਫੀ ਬਹੁਤ ਸਵਾਸੀ ਜੀ, ਤੁਸੀਂ ਆਏ ਨਹੀਂ ਹੈਗੇ, ਖੁਸ਼ੀ ਖੁਸ਼ੀ ਏ ਸੀ 'ਚ ਬੈਠੇ ਹੈ, ਏ ਸੀ ਲਾਈ ਆਰਾਮ ਨਾਲ ਵੀ, ਏ ਸੀ 'ਚ ਬੈਠੋ, ਬਾਹਰ ਗਰਮੀ ਬਹੁਤ ਹੈ। ਕੋਲਡ ਕਾਫੀ ਹੈ ਨਹੀਂ ਸੀ ਜੀ, ਹੌਟ ਹੀ ਪੀਣੀ ਪਈ ਹੈ ਬਾਈ। ਆਪਾਂ ਨੂੰ ਸਮਝ ਨਹੀਂ ਆਈ ਵੀ ਇਹਨਾਂ ਨੇ ਇੰਨੀ ਗਰਮੀ, ਜਿੱਥੇ ਇਲੈਕਟ੍ਰੀਸਿਟੀ ਨਹੀਂ ਹੈਗੀ ਜਿੱਥੇ ਅਸੀਂ ਖੜੇ ਹਾਂ ਇਹ ਪਿੰਡ 'ਚ, ਅਤੇ ਇਲੈਕਟ੍ਰੀਸਿਟੀ ਹੈ ਵੀ ਨਹੀਂ, ਤਾਂ ਵੀ ਪਤਾ ਨਹੀਂ ਠੰਡਾ ਪਾਣੀ ਕਰਨਾ ਕਰਦਾ ਜਾਂਦਾ, ਸੋਲਰ ਫਰਿੱਜ ਹੋਊਗਾ ਜੀ, ਹੋਰ ਹੋਊਗਾ। ਇਜ਼ ਇਟ ਇਟ ਇਜ਼ ਨਾਟ ਅਵਰ ਘਰ, ਅਨਦਰ ਬਨ, ਸਾਰੀ ਭੁਲੇਖਾ ਖਾ ਜਾਂਦੇ ਨੇ, ਇਕੱਲਾ ਮੈਂ ਨਹੀਂ ਖਾਂਦਾ, ਅਗਲੀ ਕਾਰ ਹੈ ਸਾਡੀ, ਇਹ ਸਾਡੇ ਨਾਲ ਨੇ, ਬ੍ਰਾਜ਼ੀਲ ਤੋਂ ਨੇ, ਅਤੇ ਇਹੋ ਜਿਹਾ ਆਲਾ ਦੁਆਲਾ ਹੈਗਾ ਇਹ ਪਿੰਡ ਦਾ, ਤੁਹਾਨੂੰ ਦਿਖਾਦਾ, ਐਂ ਲੋਕ ਰਹਿੰਦੇ ਆ। ਜਿਹੜਾ ਇਹ ਰੋਡ ਜਾਂਦਾ ਨਾ ਹੁਣ ਸਿੱਧੀ ਸੜਕ ਜਾਂਦੀ ਹੈ, ਇਹ ਅਰੀਟਰਾ ਕੰਟਰੀ ਹੈ, ਅਰੀਟਰਾ ਗੁਆਂਢੀ ਦੇਸ਼ ਹੈਗਾ ਇਹਦਾ, ਇਥੋਪੀਆ ਦਾ, 100 ਕਿਲੋਮੀਟਰ ਇੱਥੋਂ ਅਰੀਟਰਾ ਹੈਗਾ,
ਤੇ ਆਹ ਘਰਾਂ 'ਚ ਰਹਿੰਦੇ ਆ। ਬਸ ਇਹ ਜੇ ਇਹਨਾਂ ਨੇ ਬੰਜ ਗੱਡੇ ਬਾਸ ਜੇ ਗੱਡੇ ਹੋਏ ਆ, ਉੱਤੇ ਆ ਕੱਪੜੇ ਕੁੱਪੜੇ ਪਾਏ ਹੋਏ ਆ, ਤਰਪਾਲਾਂ ਜੀਆਂ ਪਾਈਆਂ, ਬਸ ਆਪਦਾ ਕੰਮ ਚਲਾਉਂਦੇ ਆ। ਆਹ ਪਤਾ ਨਹੀਂ ਕੀ ਲਿਖਿਆ, ਗ੍ਰੀਤੀ ਨੀਤੀ ਪਤਾ ਨਹੀਂ ਇਹਨਾਂ ਦੀ ਲੈਂਗੁਏਜ, ਇਹਨਾਂ ਦੀ ਸਕ੍ਰਿਪਚਰ 'ਚ ਲਿਖਿਆ ਹੋਇਆ ਕੁਛ। ਇਹ ਸਾਰੇ ਇਹਨਾਂ ਦੇ ਘਰ ਬਾਰ ਹੈ, ਇਹੋ ਜਿਹੇ ਮੰਜਿਆਂ 'ਤੇ ਅਸੀਂ ਪਏ ਸੀ ਪਹਿਲਾਂ। ਸਾਰਿਆਂ ਦਾ ਅਸਲ 'ਚ ਰਹਿਣ ਸਹਿਣ ਇੱਥੇ ਇਹੋ ਜਿਹੀ ਹੈ, ਅਤੇ ਘਰ ਨਹੀਂ ਪਤਾ ਨਹੀਂ ਘਰ ਹੈ ਯਾਰ ਕਿਵੇਂ ਆ ਇਹ, ਅਤੇ ਵਿੱਚ ਅੰਦਰ ਕੁਛ ਹੈ ਨਹੀਂ, ਇਕੱਲਾ ਬਸ ਮੈਨੂੰ ਲੱਗਦਾ ਮੰਜੇ ਡਾਹ ਕੇ ਅੰਦਰ ਪੈ ਜਾਂਦੇ ਆ। ਅਤੇ ਆਹ ਦੇਖੋ ਤੁਹਾਨੂੰ ਦਿਖਾ ਦੇਣਾ, ਇਕੱਲਾ ਬਸ ਮੰਜੇ ਡਾਹ ਲੈਂਦੇ ਅਤੇ ਇਹਦੇ ਅੰਦਰ ਪੈ ਜਾਂਦੇ, ਬਸ ਇਕੱਲਾ ਛਾਂ ਕਰਨ ਨੂੰ ਹੈ ਵੀ ਛਾਂ ਰਹੇ, ਅਤੇ ਹੋਰ ਕੁਛ ਨਹੀਂ ਹੈਗਾ। ਆਹ ਬਾਈ ਸੁੱਤਾ ਹੀ ਪਿਆ ਹੈਗਾ, ਉਹ ਦੇਖੋ ਜਿਵੇਂ ਉਹ ਸੁੱਤਾ ਪਿਆ, ਬਸ ਆਹੀ ਚੀਜ਼ ਹੈ। ਜਿਹੜਾ ਇਹ ਡੈਜ਼ਰਟ ਹੈ ਨਾ, ਇਹਦੀ ਲਾਈਫ ਬਹੁਤ ਜ਼ਿਆਦਾ ਔਖੀ ਆ। ਅਤੇ ਜਿੱਧਰ ਨੂੰ ਅਸੀਂ ਜਾ ਰਹੇ ਹਾਂ, ਦਾਨਾਕਲ ਡਿਪਰੈਸ਼ਨ ਦੀ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਤਾਂ ਹੈਗੀ ਆ, ਅਤੇ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਨਹੀਂ, ਗਰਮ ਜਗ੍ਹਾਵਾਂ 'ਚੋਂ ਇੱਕ ਆ। ਮੈਂ ਫਿਰ ਕਹਿ ਦਿੰਦਾ ਗਰਮ ਜਗ੍ਹਾ, ਕਿਉਂਕਿ ਇਹਨੂੰ ਪਹਿਲਾਂ ਮੰਨਿਆ ਜਾਂਦਾ, ਬਹੁਤ ਸਾਰੀਆਂ ਡਾਕੂਮੈਂਟਰੀਜ਼ ਜਾਂ ਹੋਰ ਬਣੀਆਂ ਹੋਈਆਂ ਨੇ, ਅਲੱਗ ਅਲੱਗ ਲੋਕ ਦਾਅਵੇ ਕਰਦੇ ਆ। ਕੋਈ ਕਹਿੰਦਾ ਜਿਵੇਂ ਤੁਹਾਨੂੰ ਦੱਸਿਆ ਸੀ ਇਹਨੂੰ ਗਰਮ ਹੈ, ਜ਼ਿਆਦਾਤਰ ਲੋਕ ਇਹਨੂੰ ਮੰਨਦੇ ਵੀ ਗਰਮ ਹੈ, ਪਰ ਗਰਮ ਥਾਵਾਂ 'ਚੋਂ ਇੱਕ ਹੈ, ਇਹ ਤੁਹਾਨੂੰ ਮੈਂ ਇੱਥੇ ਕਰੈਕਟ ਕਰਦਾ। ਅਤੇ ਉਹ ਗੱਡੀ ਸਾਡੀ ਸਟਾਰਟ ਹੈ, ਹੁਣ ਅੱਗੇ ਵਧਣ ਲੱਗੇ। ਯਾਰ ਇਹ ਖੁਸ਼ੀ ਪਤਾ ਨਹੀਂ ਠੰਡਾ ਕਿਵੇਂ ਕਰਦੇ ਆ ਪਾਣੀ, ਮੈਨੂੰ ਤਾਂ ਉਹ ਕੀਤਾ ਕਿਵੇਂ, ਇਹਨੇ ਬਰਫ਼ ਕਿਵੇਂ ਆਈ, ਇਹਨੇ ਇੰਨੇ ਡੈਜ਼ਰਟ 'ਚ ਬਰਫ਼ ਕਿੱਥੋਂ ਆਈ, ਇਹਨੂੰ ਇਹ ਪੁੱਛੋ। ਬਰਫ ਜੰਮੀ ਪਈ ਹੈ, ਚਾਰ ਪੰਜ ਦਿਨਾਂ ਬਾਅਦ ਅੱਜ ਬਰਫ਼ ਦੇਖਣ ਨੂੰ ਮਿਲੀ ਹੈਗੀ। ਆ ਬਰਫ਼ ਹੁਣ ਅਸੀਂ ਰੱਖਾਂਗੇ ਇਹਨੂੰ, ਠੰਡਾ ਪਾਣੀ ਪਾ ਪਾ ਇਹ 'ਚ ਪੀਵਾਂਗੇ। ਸੋ ਲੈਟਸ ਗੋ ਬ੍ਰਦਰ, ਗੱਡੀਆਂ ਦਾ ਕਾਫਲਾ ਤੁਰਨ ਲੱਗਿਆ ਦੁਬਾਰਾ। ਦੇਖੋ ਯਾਰ ਕਦੇ ਕਿਹੋ ਜਿਹਾ ਰੋਡ ਆ ਜਾਂਦਾ, ਕਦੇ ਕਿਹੋ ਜਿਹਾ, ਹੁਣ ਐਂ ਲੱਗਦਾ ਜਿਵੇਂ ਕੋਲਿਆਂ ਉੱਪਰ ਦੀ ਤੁਰਦੇ ਹੋਈਏ। ਕੋਲਿਆਂ ਵਰਗੀ ਧਰਤੀ ਹੈ ਸਾਰੀ, ਜਿੱਥੇ ਤੱਕ ਨਿਗਾਹ ਜਾਂਦੀ ਹੁਣ ਇਹੋ ਜਿਹੀ ਧਰਤੀ ਹੈ, ਕਦੇ ਲੂਣ ਕਦੇ ਡੈਜ਼ਰਟ ਚਿੱਟੀ ਜਮਾਂ ਧਰਤੀ, ਕਦੇ ਇਹੋ ਜਿਹੀ ਧਰਤੀ। ਜੇ ਜ਼ਿੰਦਗੀ 'ਚ ਨਾ ਕਦੇ ਕੁਦਰਤ ਨੂੰ ਨਿਹਾਰਨਾ, ਕੁਦਰਤ ਦੇਖਣੀ ਹੈ, ਜਿੱਥੇ ਦੂਰ ਦੂਰ ਤੱਕ ਤੁਹਾਨੂੰ ਕੋਈ ਬੰਦਾ ਕੋਈ ਫੋਨ ਕੁਛ ਡਿਸਟਰਬ ਨਾ ਕਰੇ, ਤਾਂ ਇੱਥੇ ਜ਼ਰੂਰ ਆ ਜਾਓ। ਪਿਛਲੇ 3.5 ਘੰਟੇ ਤੋਂ ਅਸੀਂ ਕੋਈ ਸਟੋਪੇਜ ਨਹੀਂ ਲਿਆ, ਸ਼ਾਮ ਦੇ 5:30 ਹੋ ਗਏ ਲਗਭਗ, ਅਤੇ ਸੂਰਜ ਵੀ ਛਿਪਣ ਵਾਲਾ, ਅਤੇ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲੇ ਹਾਂ। ਥੈਂਕ ਯੂ ਯੈਲੋ, ਥੈਂਕ ਯੂ ਸੋ ਮੱਚ ਬ੍ਰੋ। ਲਓ ਬਈ ਆਪਾਂ ਪਹੁੰਚ ਗਏ ਸਾਡੇ ਨਵੇਂ ਹੋਟਲ, ਇਟਸ ਨਿਊ ਹੋਟਲ ਹੈ, ਨਵਾਂ ਹੋਟਲ ਕੁਛ ਇਹੋ ਜਿਹਾ, ਆਲਾ ਦੁਆਲਾ ਤੁਹਾਨੂੰ ਦਿਖਾ ਦਈਏ। ਅਤੇ ਜਿੱਥੇ ਅਸੀਂ ਪਹੁੰਚੇ ਹਾਂ ਅੱਜ ਅਸੀਂ ਰਹਿਣਾ ਗਾ, ਹੈਲੋ, ਅੱਜ ਅਸੀਂ ਰਹਿਣਾ ਹੈ ਆ ਪੱਥਰ ਦੇ ਘਰਾਂ 'ਚ, ਬਾਕੀ ਜ਼ਿਆਦਾ ਇਹ ਤੁਹਾਨੂੰ ਕੱਲ੍ਹ ਨੂੰ ਦਿਖਾ ਦਾਂਗੇ। ਅਤੇ ਆਹ ਕੁੱਕ ਸਾਹਿਬ ਨੇ ਸਾਡੇ, ਅਤੇ ਇਹਨਾਂ ਨੇ ਸਮਾਨ ਸਾਡੇ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਇਹ, ਅਤੇ ਇਹੋ ਜਿਹਾ ਕੁਛ ਆਲਾ ਦੁਆਲਾ ਸਮਾਨ ਬਣਾਈ ਜਾਂਦੇ ਨੇ। ਮਾਈ ਨੇਮ ਇਜ਼ ਰਿਪਨ ਐਂਡ ਯੂਅਰ ਨੇਮ ਯੂਅਰ ਬੌਸ ਹੇਅਰ ਬੌਸ ਓ ਇਹ ਬੌਸ ਹੈ ਇੱਥੋਂ ਦਾ, ਓਕੇ ਨਾਈਸ ਨਾਈਸ ਟੂ ਮੀਟ ਯੂ ਬੌਸ ਯਾ ਟੌਮੀ ਭਾਈ ਬੈਠਾ ਬੌਸ ਤਾਂ ਦੁਬਈ ਤੋਂ ਸ਼ੋਪਿੰਗ ਕਰਕੇ ਆਇਆ ਯਾ ਥੈਂਕ ਯੂ ਨਾਈਸ। ਇਹ ਇੱਥੇ ਦੇ ਲੋਕਲ ਬੰਦੇ ਆ ਜਿਹੜੇ ਇਹ ਇੱਥੇ ਰਹਿੰਦੇ ਹੋਣਗੇ, ਇਹਨਾਂ ਦੇ ਘਰ ਨੇ, ਅਤੇ ਇਹਨਾਂ ਦੇ ਕੋਲ ਹੀ ਅਸੀਂ ਕੈਂਪ ਬਣਾਇਆ ਇਹ ਸਾਰਿਆਂ ਕੋਲ। ਬਾਕੀ ਆ ਕਿਚਨ 'ਚ ਤਾਂ ਦੇਖ ਲੈ ਖੁਸ਼ੀ, ਕਿਚਨ 'ਚ ਦੇਖ ਕੇ ਉਹ ਕੀ ਬਣਦਾ। ਸੋ ਇਹ ਸੀ ਆਪਣਾ ਅੱਜ ਦਾ ਵਲੋਗ, ਜਿਹਦੇ 'ਚ ਸਫ਼ਰ ਤੈਅ ਕਰਕੇ ਅਸੀਂ ਇੱਕ ਹੋਰ ਕੈਂਪ 'ਤੇ ਪਹੁੰਚ ਗਏ ਹਾਂ, ਅਤੇ ਕੱਲ੍ਹ ਨੂੰ ਅਸੀਂ ਇੱਥੋਂ ਨੇੜੇ ਜਵਾਲਾਮੁਖੀ ਦੇਖਣ ਜਾਣਾ, ਜਿਹੜਾ ਜਵਾਲਾਮੁਖੀ ਫੜਦਾ ਹੁੰਦਾ, ਧਰਤੀ ਦੇ ਥੱਲੋਂ ਜਵਾਲਾਮੁਖੀ ਨਿਕਲਦਾ ਹੁੰਦਾ, ਵੈਲਕਮ ਨੂੰ ਇੰਗਲਿਸ਼ 'ਚ ਬੋਲ ਦਿੰਦੇ ਆ, ਅਤੇ ਉਹ ਦੇਖਣ ਦੇ ਲਈ ਜਾਣਾ ਹੈਗਾ।
ਤੇ ਉਹਦੇ ਕੋਲ ਹੀ ਅਸੀਂ ਆਪਣਾ ਇੱਕ ਕੈਂਪ ਬਣਾਇਆ ਜਾਂ ਸਟੇ ਕੀਤਾ ਹੈਗਾ। ਅਤੇ ਜਿਵੇਂ ਅੱਜ ਪਿਛਲੇ ਵਲੋਗ 'ਚ ਤੁਸੀਂ ਦੇਖਿਆ ਹੋਣਾ, ਤੁਹਾਨੂੰ ਧਰਤੀ 'ਚੋਂ ਜਿਹੜੇ ਰਸਾਇਣ ਸੀਗੇ ਉਹ ਨਿਕਲਦੇ ਦਿਖਾਏ ਸੀਗੇ, ਇਹ ਵਾਲਾ ਪਹਾੜ ਹੈ। ਅਤੇ ਹੁਣ ਨਵੇਂ ਵਲੋਗ 'ਚ ਕੰਟੀਨਿਊ ਕਰਾਂਗੇ ਅੱਗੇ ਦਾ ਸਫ਼ਰ, ਅਤੇ ਮਿਲਦੇ ਹਾਂ ਨਵੇਂ ਵਲੋਗ 'ਚ ਨਵੀਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰੱਖਾ।